ਹਾਂਜੀ ਭਾਈ ਜੀ, ਕੀ ਹਾਲ ਚਾਲ ਆ? ਆਈ ਹੋਪ ਤੁਸੀਂ ਸਾਰੇ ਘੈਂਟ ਹੋਵੋਗੇ। ਅਤੇ ਅੱਜ ਫਿਰ ਆਪਾਂ ਸ਼ੁਰੂਆਤ ਕਰ ਰਹੇ ਹਾਂ ਆਪਣੇ ਨਵੇਂ ਬਲੌਗ ਦੀ। ਅਤੇ ਜਿਨ੍ਹਾਂ ਨੇ ਦੋਸਤੋ ਆਪਣਾ ਪਿਛਲਾ ਬਲੌਗ ਨਹੀਂ ਦੇਖਿਆ, ਉਹ ਪਲੀਜ਼ ਆਪਣਾ ਜਿਹੜਾ ਹੈਗਾ ਵਾ ਉਹ ਕੱਲ੍ਹ ਦਾ ਬਲੌਗ ਜ਼ਰੂਰ ਦੇਖੋ। ਅਤੇ ਅੱਜ ਆਪਾਂ ਚੱਲੇ ਹਾਂ, ਪਹਿਲਾਂ ਜਾਵਾਂਗੇ ਆਪਾਂ ਬੱਸੀਆਂ ਦੋਸਤੋ, ਫਿਰ ਉਸ ਤੋਂ ਬਾਅਦ ਜਾਣਾ ਆਪਾਂ ਬੁਰਲਾਡਾ, ਫਿਰ ਉਸ ਤੋਂ ਬਾਅਦ ਆਪਾਂ ਜਾਣਾ ਹੈਗਾ ਪੂਨਾ, ਜਿਹੜਾ ਕਿ ਹੈਗਾ ਹਰਿਆਣਾ ਦੇ ਵਿੱਚ। ਅਤੇ ਬਾਕੀ ਅੱਜ ਥੋੜ੍ਹੀ ਜਿਹੀ ਮੌਸਮ ਤਾਂ ਅੱਜ ਹੁਣ 2-3 ਦਿਨ ਤੋਂ ਦੋਸਤੋ ਬਹੁਤ ਘੈਂਟ ਹੋ ਗਿਆ ਵਾ, ਅਤੇ ਧੁੱਪ ਨਿਕਲਣ ਲੱਗ ਗਈ ਆ। ਮਤਲਬ ਫਿਰ ਵੀ ਜਿਹੜੇ ਬਾਈਕ 'ਤੇ ਟਰੈਵਲ ਕਰਦੇ ਨੇ, ਮੋਟਰਸਾਈਕਲ 'ਤੇ ਜਾਂਦੇ ਨੇ ਜਿਹੜੇ ਲੋਕ, ਉਹਨਾਂ ਲਈ ਤਾਂ ਮਤਲਬ ਠੀਕ ਆ, ਠੰਡ ਕਾਫੀ ਆ ਕਿਉਂਕਿ ਹਵਾ ਚੱਲਦੀ ਆ ਨਾ, ਮੌਸਮ ਸਾਰਾ ਬਦਲਿਆ ਹੋਇਆ ਵਾ। ਅਤੇ ਬਾਈ ਆਪਣੇ ਮੂਹਰੇ ਜਾਂਦਾ ਜਾਕਟ ਪਾਈ ਜਾਂਦਾ ਕਿਉਂਕਿ ਯਾਰ ਮੋਟਰਸਾਈਕਲ 'ਤੇ ਠੰਡ ਲੱਗਦੀ ਲੱਗਦੀ ਆ। ਅਤੇ ਬਾਕੀ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਦੋਸਤੋ, ਆਪਾਂ ਤੁਹਾਨੂੰ ਦਿਖਾਵਾਂਗੇ। ਅੱਜ ਆਪਾਂ ਬੱਸੀਆਂ ਯਾਰੋ ਉੱਥੇ ਚੱਲੇ ਹਾਂ ਜਿੱਥੇ ਮਹਾਰਾਜਾ ਦਲੀਪ ਸਿੰਘ ਜੀ ਨੇ ਆਪਣੀ ਆਖਰੀ ਰਾਤ ਜਿਹੜੀ ਹੈਗੀ ਆ ਇੱਥੇ ਸਪੈਂਡ ਕੀਤੀ ਸੀ, ਉੱਥੇ ਗੁਜ਼ਾਰੀ ਸੀ। ਮਤਲਬ ਆਪਾਂ ਤਾਂ ਕੰਮ ਹੀ ਚੱਲੇ ਹਾਂ, ਅਤੇ ਆਪਾਂ ਕਿਸੇ ਬੰਦੇ ਨੂੰ ਮਿਲਣ ਚੱਲੇ ਹਾਂ। ਆਪਣਾ ਨਾ ਉੱਥੇ ਕੋਈ ਜਿਹੜਾ ਹੈਗਾ ਵਾ ਉਹ ਆਰਡਰ ਫਾਈਨਲ ਹੋਇਆ ਕੰਪਨੀ ਦਾ, ਅਤੇ ਆਪਾਂ ਉਹਦੇ ਨਾਲ ਗੱਲਬਾਤ ਕਰਨ ਚੱਲੇ ਹਾਂ। ਅਤੇ ਬਾਕੀ ਤੁਹਾਨੂੰ ਦਿਖਾਉਂਦੇ ਹਾਂ ਅੱਗੇ ਜਿਵੇਂ ਜਿਵੇਂ ਆਪਾਂ ਟਰੈਵਲ ਕਰਾਂਗੇ ਉਹ ਸਾਰਾ ਤੁਹਾਨੂੰ ਦਿਖਾਵਾਂਗੇ। ਅਤੇ ਬਸ ਰਿਕੁਐਸਟ ਇਹ ਹੈ ਕਿ ਬਈ ਯਾਰ ਨਾ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਅਤੇ ਸ਼ੇਅਰ ਕਰਦਿਆ ਕਰੋ, ਕਿਉਂਕਿ ਇਹਦੇ 'ਤੇ ਨਾ ਕੀ ਹੈ ਕਿ ਆਪਣਾ ਪਹਿਲਾਂ ਇਹ ਜਿਹੜਾ ਚੈਨਲ ਮੈਂ ਤੁਹਾਨੂੰ ਲਾਸਟ ਬਲੌਗ 'ਚ ਵੀ ਦੱਸਿਆ ਸੀ ਇਹ ਸ਼ੋਰਟ ਵਾਲਾ ਸੀ, ਹੁਣ ਜਦੋਂ ਆਪਾਂ ਇਹ 'ਤੇ ਲੌਂਗ ਵੀਡੀਓ ਕਰ ਰਹੇ ਹਾਂ ਨਾ ਸ਼ੇਅਰ, ਕਿਉਂਕਿ ਪਹਿਲਾਂ ਤਾਂ ਇਹ ਜਿਹੜੀ ਮੈਂ ਕੱਲ੍ਹ ਵੀਡੀਓ ਪਾਈ ਹੈ ਤਕਰੀਬਨ 216 ਜਾਂ 217 ਦਿਨਾਂ ਬਾਅਦ ਪਾਈ ਹੈ, ਮਤਲਬ ਸਾਲ ਕੁ ਅਪਰੋਕਸ 8-9 ਮਹੀਨਿਆਂ ਬਾਅਦ ਮੈਂ ਉੱਥੇ ਵੀਡੀਓ ਪੋਸਟ ਕੀਤੀ ਹੈ ਇਸ ਚੈਨਲ 'ਤੇ, ਤਾਂ ਕਰਕੇ ਜਿਹੜੇ ਉਹਦੇ ਵਿਊ ਆ ਹਾਲੇ ਉਹ ਵਿਊ ਵੀ ਕੋਈ ਜ਼ਿਆਦਾ ਨਹੀਂ ਹੈਗੇ। ਅਤੇ ਬਾਕੀ ਹੁਣ ਆਪਾਂ ਇੱਥੇ ਰੈਗੂਲਰ ਜਿਹੜਾ ਹੈਗਾ ਵਾ ਉਹ ਬਲੌਗ ਪਾਇਆ ਕਰਾਂਗੇ, ਠੀਕ ਆ ਜੀ। ਬਾਕੀ ਮਿਲਦੇ ਹਾਂ ਆਪਾਂ ਅੱਗੇ ਜਿੱਥੇ ਜਿੱਥੇ ਜਿਹੜੀ ਜਿਹੜੀ ਜਗ੍ਹਾ 'ਤੇ ਜਾਵਾਂਗੇ ਉੱਥੇ ਜਾ ਕੇ ਸਾਰਾ ਆਪਾਂ ਤੁਹਾਨੂੰ ਦਿਖਾਉਂਦੇ ਹਾਂ, ਠੀਕ ਆ ਜੀ। ਹਾਂਜੀ ਦੋਸਤੋ, ਆਪਾਂ ਹੁਣ ਬੱਸੀਆਂ ਵਾਲਾ ਰਸਤਾ ਜਿਹੜਾ ਉਹ ਛੱਡ ਚੱਲੇ ਹਾਂ, ਮਤਲਬ ਬੱਸੀਆਂ ਤੋਂ ਜਗਰਾਵਾਂ ਜਿਹੜੀ ਇਹ ਸੜਕ ਆ ਆਪਾਂ ਉਹਦੇ 'ਤੇ ਪਹੁੰਚ ਚੁੱਕੇ ਹਾਂ। ਅਤੇ ਦੋਸਤੋ ਜਿਹੜੀ ਮੈਂ ਮਹਾਰਾਜਾ ਦਲੀਪ ਸਿੰਘ ਜੀ ਦੀ ਕੋਠੀ ਹਵੇਲੀ ਦੀ ਜਿਹੜੀ ਮੈਂ ਗੱਲ ਕਰ ਰਿਹਾ ਜਿੱਥੇ ਉਹਨਾਂ ਨੇ ਲਾਸਟ ਆਪਣੀ ਅਖੀਰੀ ਰਾਤ ਜਿੱਥੇ ਸਪੈਂਡ ਕੀਤੀ ਸੀ, ਅਤੇ ਉਹ ਵੀ ਹਵੇਲੀ ਇਸੇ ਰਸਤੇ ਦੇ ਵਿੱਚ ਹੀ ਆ। ਉਹ ਵੀ ਮੈਂ ਤੁਹਾਨੂੰ ਬਾਹਰੋਂ ਇੱਕ ਵਾਰੀ ਉਹ ਹਵੇਲੀ ਦਾ ਜਿਹੜਾ ਹੈਗਾ ਵਾ ਹੋਰ ਮੈਂ ਤੁਹਾਨੂੰ ਇਹਦੇ ਵਿੱਚ ਦਿਖਾ ਦੂੰਗਾ, ਕਿਉਂਕਿ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੇ ਅੰਗਰੇਜ਼ ਸੀ ਉਹ ਫੋਰਨ ਦੇ ਵਿੱਚ ਲੈ ਗਏ ਸੀ। ਇਹ ਜਿਹੜਾ ਰਸਤਾ ਹੈਗਾ ਵਾ ਇਹ ਰਾਏਕੋਟ ਟੂ ਜਗਰਾਓਂ ਜਾਂਦਾ ਵਾ, ਅਤੇ ਰਸਤੇ ਦੇ ਵਿੱਚ ਹੀ ਬੱਸੀਆਂ ਜਿਹੜਾ ਹੈਗਾ ਉਹ ਪੈਂਡ ਆਉਂਦਾ ਵਾ। ਇਹ ਸਾਰਾ ਰਸਤਾ ਜਗਰਾਓਂ ਤੱਕ ਜਿਹੜਾ ਹੈਗਾ ਉਹ ਸਿੰਗਲ ਆ ਹੈਗਾ ਵਾ, ਉਹ ਰਸਤਾ ਜਿਹੜਾ ਹੈਗਾ ਬੱਸੀਆਂ ਕੋਠੀ ਦੇ ਵਿੱਚ ਜਾਂਦਾ। ਉਹ ਤੁਹਾਨੂੰ ਅੱਗੇ ਉਹ ਰਸਤਾ ਵੀ ਤੁਹਾਨੂੰ ਦਿਖਾ ਦੂੰਗਾ, ਮੈਂ ਤੁਹਾਨੂੰ ਇੱਧਰੋਂ ਦਿਖਾਵਾਂ ਤਾਂ ਅਸਲ 'ਚ ਇੱਧਰ ਨਾ ਦਰਖਤ ਲੱਗੇ ਹੋਏ ਨੇ, ਇਹ ਤਾਂ ਉਹ ਹਵੇਲੀ ਸਾਰੀ ਇੱਥੋਂ ਦਿਖਦੀ ਆ ਔਰ ਇਹ ਸਾਹਮਣੇ। ਹੁਣ ਤਾਂ ਉੱਥੇ ਨਾਲ ਕਾਲਜ ਵੀ ਜਿਹੜਾ ਹੈਗਾ ਉਹ ਵੀ ਬਣ ਗਿਆ ਵਾ, ਉਹ ਤੁਸੀਂ ਸਾਈਨ ਬੋਰਡ ਦੇਖ ਰਹੇ ਹੋ ਜਿਹੜਾ ਛੋਟਾ ਜਿਹਾ ਆ ਰਿਹਾ ਬੋਰਡ, ਇੱਥੋਂ ਉਹ ਰਸਤਾ ਜਿਹੜਾ ਹੈਗਾ ਵਾ ਉਹ ਜਾਂਦਾ ਵਾ। ਉਸ ਤੋਂ ਆਹ ਰਸਤਾ ਜਿਹੜਾ ਮਹਾਰਾਜਾ ਦਲੀਪ ਸਿੰਘ ਨੇ ਜਿੱਥੇ ਆਖਰੀ ਰਾਤ ਗੁਜ਼ਾਰੀ ਸੀ ਜਾਂਦਾ ਰਸਤਾ। ਬਾਕੀ ਆਪਾਂ ਕਦੇ ਨੈਕਸਟ ਬਲੌਗ ਦੇ ਵਿੱਚ ਨਾ ਅੰਦਰੋਂ ਵੀ ਜਿਹੜਾ ਤੁਹਾਨੂੰ ਦਿਖਾਵਾਂਗੇ ਸਾਰਾ ਇੱਥੋਂ ਦਾ ਜਿਹੜਾ ਇਤਿਹਾਸ ਆ ਉਹ ਇੱਕ ਵਾਰੀ ਤੁਹਾਨੂੰ ਅੰਦਰੋਂ ਵੀ ਜ਼ਰੂਰ ਦਿਖਾਵਾਂਗੇ। ਹਾਂਜੀ ਦੋਸਤੋ, ਕੰਮ ਕਰਦੇ ਕਰਦੇ ਐਕਚੁਲੀ ਨਾ ਲੰਚ ਹੋ ਗਿਆ ਸੀ, ਤੁਹਾਨੂੰ ਪਤਾ ਹੀ ਲੰਚ ਦਾ ਟਾਈਮ ਹੋ ਗਿਆ 1:30 ਵਜੇ। ਅਤੇ ਆਪਾਂ ਨਾ ਅੱਜ ਨੋਰਮਲ ਜੇ ਮਤਲਬ ਢਾਬੇ 'ਤੇ ਰੁਕਿਆ ਦੋਸਤੋ। ਐਕਚੁਲੀ ਕੀ ਹੈ ਕਿ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਜਾਂ ਰੋਡ ਸਾਈਡ ਛੋਟੇ ਛੋਟੇ ਢਾਬੇ ਹੁੰਦੇ ਆ ਨਾ, ਉਹਨਾਂ ਕੋਲ ਕੁਆਲਿਟੀ ਹੁੰਦੀ ਆ, ਪਲੱਸ ਉਹਨਾਂ ਕੋਲ ਜਿਹੜੀ
ਮਟੀਰੀਅਲ ਹੁੰਦਾ ਨਾ ਉਹਨਾਂ ਕੋਲ ਫਰੈਸ਼ ਹੀ ਹੁੰਦਾ ਵਾ, ਬਿਕੋਜ਼ ਉਹ ਕੀ ਕਰਦੇ ਨੇ, ਉਹ ਉਨਾ ਕੀ ਸਮਾਨ ਤਿਆਰ ਕਰਦੇ ਨੇ ਜਿੰਨਾ ਕੁ ਉਹਨਾਂ ਦਾ ਲੱਗਦਾ ਹੋਵੇ। ਠੀਕ ਆ ਜੀ, ਅਤੇ ਆਪਾਂ ਇੱਥੋਂ ਜਿਹੜੇ ਹੈਗੇ ਆ ਉਹ ਪਰੌਂਠੇ ਤਕਰੀਬਨ ਇਹਨਾਂ ਤੋਂ ਆਪਾਂ ਤਿਆਰ ਕਰਵਾਏ ਨੇ। ਠੀਕ ਆ ਜੀ, ਨਾਲ ਵਿਦ ਚਾਹ ਅਤੇ ਦੇਖ ਸਕਦੇ ਹੋ। ਅਤੇ ਆਪਾਂ ਹੁਣ ਇਹ ਲੰਚ ਕਰ ਰਹੇ ਹਾਂ, ਲੰਚ ਦੇ ਵਿੱਚ ਯਾਨੀ ਕਿ ਪਰੌਂਠੇ ਹੀ ਕਰ ਰਹੇ ਹਾਂ। ਅਤੇ ਉਹ ਬਾਈ ਦਾ ਢਾਬਾ ਵਾ ਪਿੱਛੇ, ਇੱਕ ਨਹੀਂ ਗਿਆ ਹੈਗਾ ਉਹ ਆ ਬਾਈ ਦਾ। ਹਾਂਜੀ ਦੋਸਤੋ, ਇਹ ਆ ਰਾਜਾ ਢਾਬਾ, ਆਪਣੇ ਜਗਰਾਉਂ ਸ਼ਹਿਰ ਦਾ ਸਭ ਤੋਂ ਫੇਮਸ ਜਿਹੜਾ ਹੈਗਾ ਵਾ ਉਹ ਢਾਬਾ ਰੈਸਟੋਰੈਂਟ ਆ। ਕਾਫੀ ਸਾਰੇ ਸੈਲੀਬ੍ਰਿਟੀ ਵੀ ਜਿਹੜੇ ਹੈਗੇ ਨੇ ਉਹ ਇੱਥੇ ਮਤਲਬ ਆਉਂਦੇ ਨੇ। ਹੈਗਾ ਵਾ ਆਪਣਾ ਰਾਜਾ ਢਾਬਾ, ਕਾਫੀ ਵਧੀਆ ਇਹਨਾਂ ਦੀ ਕੁਆਲਿਟੀ ਆ। ਔਰ ਇਹਨਾਂ ਦੀ ਖਾਸੀਅਤ ਇੱਕ ਇਹ ਵੀ ਆ ਕਿ ਇਹ ਮਤਲਬ ਦਿਨ ਰਾਤ ਦੋਨੋਂ ਟਾਈਮ ਇਹ ਓਪਨ ਰਹਿੰਦਾ ਵਾ। ਹੋਰ ਵੀ ਇਹਨਾਂ ਦੀ 3-4 ਬ੍ਰਾਂਚਾਂ ਨੇ, ਜਦੋਂ ਤੁਸੀਂ ਦਿੱਲੀ ਏਅਰਪੋਰਟ 'ਤੇ ਜਾਓਗੇ ਤਾਂ ਰਸਤੇ ਵਿੱਚ ਵੀ ਇਹਨਾਂ ਦੇ 2-3 ਜਿਹੜੇ ਹੋਰ ਹੈਗੇ ਨੇ ਹੋਟਲ, ਉਹ ਤੁਹਾਨੂੰ ਜ਼ਰੂਰ ਦਿਖਣਗੇ। ਹਾਂਜੀ ਦੋਸਤੋ, ਅੱਜ ਆਪਾਂ ਜਿਹੜਾ ਆਪਣਾ ਟੂਰ ਸੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਉਹ ਆਪਣਾ ਅੱਜ ਕੈਂਸਲ ਹੋ ਗਿਆ ਸੀ, ਅਤੇ ਆਪਾਂ ਪਹੁੰਚ ਗਏ ਹਾਂ ਹੁਣ ਇਸ ਟਾਈਮ ਜਾ ਰਹੇ ਹਾਂ ਆਪਾਂ ਘਰ ਵਾਪਸੀ ਨੂੰ। ਅਤੇ ਇਹ ਸ਼ਹਿਰ ਹੈਗਾ ਵਾ ਮੁੱਲਾਪੁਰ, ਅਤੇ ਮੁੱਲਾਪੁਰ ਜਿਹੜੀ ਹੈਗੀ ਆ ਇਹ ਛੋਟਾ ਸ਼ਹਿਰ ਆ, ਅਤੇ ਮੁੱਲਾਪੁਰ ਸਾਰਾ ਆਪਾਂ ਕ੍ਰੋਸ ਕਰਕੇ ਹਾਂ। ਆਹ ਫਲਾਈਓਵਰ ਦੋਸਤੋ ਕੁਛ ਸਾਲ ਪਹਿਲਾਂ ਹੀ ਬਣਿਆ, ਮਤਲਬ 8-9 ਸਾਲ ਪਹਿਲਾਂ ਹੀ ਬਣਿਆ। ਮੈਂ ਉਸ ਤੋਂ ਪਹਿਲਾਂ ਇਹਦੇ ਥੱਲੇ ਨਾ ਉਹ ਹੁੰਦਾ ਸੀ ਆਪਣਾ ਰੇਲਵੇ ਲਾਈਨ ਹੁੰਦੀ ਸੀ ਉਰੇ, ਅਤੇ ਉਹ ਵੀ ਤਕਰੀਬਨ ਬਹੁਤ ਜ਼ਿਆਦਾ ਜਿਹੜਾ ਹੈਗਾ ਨਾ ਇੱਥੇ ਜਾਮ ਲੱਗਦਾ ਸੀ, ਅਤੇ ਉਸ ਤੋਂ ਬਾਅਦ ਇਹ ਫਲਾਈਓਵਰ ਜਿਹੜਾ ਹੁਣ ਬਣਾਤਾ ਵਾ, ਤੁਸੀਂ ਦੇਖ ਹੀ ਸਕਦੇ ਹੋ। ਬਾਕੀ ਬਈ ਹੁਣ ਨਾ ਮੁੱਲਾਪੁਰ ਵੀ ਬਹੁਤ ਡਿਵੈਲਪ ਕਰਤਾ ਵਾ, ਮਤਲਬ ਮੁੱਲਾਪੁਰ ਦੇ ਵਿੱਚ ਵੀ ਨਾ ਕਾਫੀ ਜਿਹੜੀ ਹੈਗੀ ਆ ਉਹ ਨਵੇਂ ਪ੍ਰੋਜੈਕਟ ਬਣ ਰਹੇ ਨੇ। ਇੱਕ ਤਾਂ ਹੁਣ ਆਪਣੇ ਰਸਤੇ ਦੇ ਵਿੱਚ ਹੀ ਮੈਂ ਤੁਹਾਨੂੰ ਦਿਖਾਊਂਗਾ ਜਿਹੜੇ ਹੈਗੇ ਨਾ ਉਹ ਆਊਟਲੈਟਸ ਹੁੰਦੇ ਨੇ, ਉਹ ਬਣ ਗਿਆ ਮੁੱਲਾਪੁਰ। ਬਾਕੀ ਮੁੱਲਾਪੁਰ ਤੁਸੀਂ ਕਿੱਧਰੋਂ ਵੀ ਐਂਟਰ ਕਰੋਗੇ, ਮਤਲਬ ਚਾਰੇ ਪਾਸੇ ਇਹਦੀ ਜਿਹੜੀ ਹੈਗੀ ਆ ਨਾ ਉਹ ਡਿਵੈਲਪਮੈਂਟ ਉਹ ਚੱਲੀ ਜਾਂਦੀ ਆ, ਮਤਲਬ ਵਧੀਆ। ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਇਹ ਲਾ ਲਓ ਯਾਰ, ਇਹਨਾਂ ਲੁਧਿਆਣੇ ਦੇ ਵਿੱਚ ਹੀ ਜਿਹੜਾ ਹੈਗਾ ਵਾ ਉਹ ਇਹ ਮਤਲਬ ਐਂ ਲਾ ਲਓ ਕਿ ਲੁਧਿਆਣੇ ਦੇ ਵਿੱਚ ਹੀ ਚਲਾ ਜਾਊਗਾ, ਮਤਲਬ ਥੋੜ੍ਹੇ ਹੋਰ 4-5 ਸਾਲਾਂ ਤੱਕ ਨਾ, ਕਿਉਂਕਿ ਜਿਹੜੇ ਹਿਸਾਬ ਨਾਲ ਇੱਥੇ ਡਿਵੈਲਪਮੈਂਟ ਹੋਈ ਜਾਂਦੀ ਆ ਵਧੀ ਜਾਂਦੀ ਆ ਅੱਗੇ ਦੇ ਅੱਗੇ ਅੱਗੇ ਦੇ ਅੱਗੇ ਵਧੀ ਜਾਂਦੀ ਆ, ਅਤੇ ਮੈਨੂੰ ਲੱਗਦਾ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਨਾ ਇਹਨੂੰ ਲੁਧਿਆਣੇ ਦੇ ਵਿੱਚ ਹੀ ਇਹ ਸਾਰਾ ਆਜੂਗਾ, ਕਿਉਂਕਿ ਉੱਧਰੋਂ ਬਾਈ ਲੁਧਿਆਣਾ ਫੈਲੀ ਜਾਂਦਾ। ਲੁਧਿਆਣਾ ਮਤਲਬ ਮੰਨ ਕੇ ਚਲੋ ਆਊਟਰ 'ਤੇ ਆਈ ਜਾਂਦੇ ਨੇ ਲੋਕ, ਸ਼ਹਿਰ ਤੋਂ ਨਿਕਲ ਕੇ ਭੀੜ ਭੜੱਕੇ ਵਾਲੀ ਜਗ੍ਹਾ ਤੋਂ ਨਿਕਲ ਕੇ ਨਾ ਉਹ ਆਪਣੇ ਆਊਟਰ 'ਤੇ ਆ ਕੇ ਰਿਹਾਇਸ਼ ਕਰੀ ਜਾਂਦੇ ਨੇ, ਬਾਹਰ ਆ ਕੇ ਕੋਠੀਆਂ ਪਾਈ ਜਾਂਦੇ ਨੇ, ਤਾਂ ਉਹ ਹੌਲੀ ਹੌਲੀ ਵੱਧਦਾ 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 ਬਾਈ ਇੱਥੇ ਤੱਕ ਮੰਨ ਕੇ ਚੱਲੋ ਫੈਲ ਜੂਗਾ ਲੁਧਿਆਣਾ, ਅਤੇ ਇਹ ਕਿਸੇ ਸਮੇਂ 'ਤੇ ਇਹ ਵੀ ਜਿਹੜਾ ਹੈਗਾ ਨਾ ਉਹ ਸਾਰਾ ਲੁਧਿਆਣੇ ਦੇ ਵਿੱਚ ਹੀ ਆਜੂਗਾ। ਅਤੇ ਬਾਈ ਹੁਣ ਸ਼ਾਮ ਨੂੰ ਧੁੰਦ ਤਾਂ ਨਹੀਂ ਹੈਗੀ, ਹੁਣ ਤਕਰੀਬਨ ਐਂ ਲਾ ਲਓ ਕਿ 3-4 ਦਿਨ ਤੋਂ ਨਾ ਧੁੰਦ ਨਹੀਂ ਪੈਂਦੀ ਹੈਗੀ, ਪਰ ਟ੍ਰੈਫਿਕ ਜਾਮ ਬਹੁਤ ਆ ਬਾਈ ਇੱਥੇ। ਬਾਕੀ ਯਾਰ ਅੱਜ ਕੱਲ੍ਹ ਦੇ ਜਿਹੜੇ ਮੁੰਡੇ ਮੋਟਰਸਾਈਕਲ ਚਲਾਉਂਦੇ ਨੇ ਯਾਰ ਬਾਈ, ਬਸ ਰੱਬ ਰੱਖਾ ਹੀ ਆ ਯਾਰ ਆਪਦੇ, ਮਤਲਬ ਹੈ ਨਹੀਂ ਗੀ ਗੱਲਬਾਤ, ਮਤਲਬ ਇਹ ਨਹੀਂ ਸੋਚਦੇ ਹੈਗੇ ਕਿ ਯਾਰ ਬਾਈ ਪਿੱਛੇ ਕੋਈ ਘਰੇ ਵੀ ਉਹਨਾਂ ਦੀ ਉਡੀਕ ਕਰਦਾ ਜਾਂ ਨਹੀਂ ਕਰਦਾ ਹੈਗਾ, ਬਾਈ ਦੱਬੀ ਤੁਰੇ ਜਾਂਦੇ ਨੇ। ਮੈਂ ਤਾਂ ਤਕਰੀਬਨ ਬਹੁਤ ਦੇਖਦਾ ਯਾਰ ਇੱਦਾਂ ਦੇ, ਮਤਲਬ ਜਿਹੜੇ ਐਕਸੀਡੈਂਟ ਹੈਗੇ ਆ ਨਾ ਮੋਸਟਲੀ ਹਰ ਦੂਜੇ ਤੀਜੇ ਦਿਨ ਕੋਈ ਨਾ ਕੋਈ ਮਤਲਬ ਇੱਦਾਂ ਦਾ ਸੀਨ ਦੇਖਦਾ ਹੀ ਦੇਖਦਾ ਵਾ। ਵੀਰੇ ਨੇ ਮਾਰਨੀਆਂ ਬ੍ਰੇਕਾਂ, ਪਰ ਦੇਖ ਲਓ ਬਾਈ ਬਿਨਾਂ ਇੰਡੀਕੇਟਰ ਛੱਡੇ ਤੇ ਬਾਈ ਉੱਧਰ ਮੁੜ ਗਿਆ। ਆਪਣੇ ਯਾਰ ਰੂਲ ਜਿਹੜੇ ਹੈਗੇ ਆ ਉਹ ਵਾ ਠੀਕ ਠਾਕ ਹੀ ਆ, ਕੋਈ ਕੋਈ ਕਿਸੇ ਨੂੰ ਕੋਈ ਮਤਲਬ ਨਹੀਂ ਹੈਗਾ, ਜਿਹਦਾ ਜੀ ਕਰਦਾ ਉੱਧਰ ਨਹੀਂ ਮੁੜ ਜਾਂਦਾ। ਇਹ ਬਾਈ ਇੱਥੋਂ ਜਾਂਗਪੁਰ ਨੂੰ ਰਸਤਾ ਜਾਂਦਾ, ਇੰਨਾ ਕੁ ਏਰੀਆ ਵੀ ਹੁਣ ਨਾ ਖਾਸੀਆਂ ਇੱਥੇ ਬਾਈ ਦੁਕਾਨਾਂ ਦੁਕਾਨਾਂ ਜਿਹੀਆਂ ਖੁੱਲ੍ਹ ਗਈਆਂ, ਪਹਿਲਾਂ ਇਹ ਸੁਣਨਾ ਜਿਹਾ ਹੁੰਦਾ ਸੀ।
ਕੱਲ ਆਪਾਂ ਜਾਣਾ ਯਾਰ ਸਰਹੰਦ, ਤੇ ਉੱਥੇ ਵੀ ਆਪਣਾ ਇੱਕ ਬੰਦਾ ਹੈਗਾ ਸਰਹੰਦ ਤੇ ਮੰਡੀ ਗੋਬਿੰਦਗੜ੍ਹ, ਆਪਾਂ ਉੱਥੇ ਮਿਲਣਾ ਉਹਨਾਂ ਨੂੰ ਜਾ ਕੇ। ਆਹ ਇਹਦੀ ਗੱਲ ਕਰਦਾ ਬਾਈ ਮੈਂ, ਇਹਦੀ ਆਊਟਲੈਟਸ ਦੀ ਗੱਲ ਕਰ ਰਿਹਾ ਕਿ ਨਾ ਬਹੁਤ ਜ਼ਿਆਦਾ ਲਾਈਟ ਬਹੁਤ ਜ਼ਿਆਦਾ ਪੈਂਦੀ ਆ, ਐਂਬੂਲੈਂਸ ਬਹੁਤ ਸਾਰੀ ਗੱਡੀ ਆ। ਆਹ ਦੇਖੋ ਬਾਈ ਇਹਦੀ ਮੈਂ ਗੱਲ ਕਰ ਰਿਹਾ ਸੀ, ਆਹ ਆਊਟਲੈਟਸ ਦੀ ਦੇਖਿਆ। ਇਹ ਤਕਰੀਬਨ ਇੱਥੇ ਵੀ ਇਹ ਮੁੱਲਾਪੁਰ ਦੇ ਆਊਟਰ ਆ, ਯਾਨੀ ਕਿ ਇਹ ਬਾਹਰਲਾ ਏਰੀਆ ਆ ਗਿਆ ਮੁੱਲਾਪੁਰ ਤੋਂ। ਅਤੇ ਇੱਥੇ ਵੀ ਜਿਹੜੀ ਹੈਗੀ ਆ ਨਾ ਇਹ ਵਧੀਆ ਸ਼ੋਰੂਮ ਜਿਹੜੇ ਹੈਗੇ ਨੇ ਖੁੱਲ੍ਹ ਗਏ। ਅਤੇ ਬਾਈ ਆਪਾਂ ਵੀ ਯਾਰ ਹੁਣ 2-3 ਦਿਨ ਤੱਕ ਨਾ ਸ਼ੋਪਿੰਗ ਕਰਨੀ ਆ, ਛੋਟਾ ਜਿਹਾ ਈਵੈਂਟ ਹੈਗਾ ਆਪਣੇ ਘਰ, ਅਤੇ ਆਪਾਂ ਵੀ ਸਮਾਨ ਸਮੂਨ ਲੈਣਾ ਹੁਣ, ਦੇਖਦੇ ਹਾਂ ਯਾਰ ਜਿਵੇਂ ਟਾਈਮ ਲੱਗਦਾ, ਕਿਉਂਕਿ ਇੱਕ ਤਾਂ ਟਾਈਮ ਦੀ ਬਹੁਤ ਦਿੱਕਤ ਆਉਂਦੀ ਆ। ਬਾਕੀ ਬਾਈ ਆਪਣੇ ਵਲੌਗ ਨੂੰ ਹਾਲੇ ਤਾਂ ਬਾਈ ਆਪਣੀ ਸ਼ੁਰੂਆਤ ਆ, ਅਤੇ ਆਪਾਂ ਕੁਛ ਖਾਸ ਕਰ ਨਹੀਂ ਪਾ ਰਹੇ ਹੈਗੇ, ਅਤੇ ਹਾਲੇ ਆਪਾਂ ਨੂੰ ਇੰਨਾ ਸ਼ੂਟ ਵੀ ਨਹੀਂ ਕਰਨਾ ਆਉਂਦਾ ਜਿਵੇਂ ਵੀ ਹੈਗਾ ਉਹ ਮੈਂ ਆਪਾਂ ਕਰੀ ਜਾਂਦੇ ਹਾਂ। ਪਰ ਬਾਈ ਹੌਲੀ ਹੌਲੀ ਆਪਾਂ ਨਾ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਇਕਿਊਪਮੈਂਟ ਵੀ ਇਹਦੇ ਲੈ ਰਹੇ ਹਾਂ, ਜਿੱਦਾਂ ਮਾਈਕ ਹੋ ਗਿਆ ਅਤੇ ਗਿੰਬਲ ਹੋ ਗਿਆ ਔਰ ਸਟੈਂਡ ਹੋ ਗਿਆ, ਕਾਫੀ ਸਾਰੀਆਂ ਚੀਜ਼ਾਂ ਨਾ ਆਪਾਂ ਪਰਚੇਸ ਕਰ ਰਹੇ ਹਾਂ। ਮਤਲਬ ਇਹ ਕਿ 15-20 ਦਿਨ ਜਾਂ ਮਹੀਨੇ ਡੇਢ ਮਹੀਨੇ ਦੇ ਵਿੱਚ ਨਾ ਆਪਾਂ ਮਤਲਬ ਸਾਰੀਆਂ ਚੀਜ਼ਾਂ ਲੈ ਲਾਂਗੇ, ਫਿਰ ਵਧੀਆ ਤਰੀਕੇ ਨਾਲ ਸ਼ੂਟ ਕਰਿਆ ਕਰਾਂਗੇ। ਫਿਰ ਆਪਾਂ ਨਾ ਉਹਦੇ ਵਿੱਚ ਹੋਰ ਵੀ ਚੀਜ਼ਾਂ ਬਈ ਜਿਵੇਂ ਨਾ ਆਪਾਂ ਮੈਂ ਜਾਣਦਾ ਹੀ ਹਾਂ ਜਿਵੇਂ ਯਾਰ ਮੋਸਟਲੀ ਹਰ ਸ਼ਹਿਰ ਦੇ ਵਿੱਚ ਕੋਈ ਨਾ ਕੋਈ ਖਾਸੀਅਤ ਹੈਗੀ ਆ, ਕੋਈ ਨਾ ਕੋਈ ਇੱਦਾਂ ਦੀ ਚੀਜ਼ ਹੁੰਦੀ ਆ ਜਿਹੜੀ ਉੱਥੋਂ ਦੀ ਖਾਸ ਆ, ਅਤੇ ਆਪਾਂ ਬਈ ਉਹ ਵੀ ਕਵਰ ਕਰਿਆ ਕਰਾਂਗੇ। ਹੁਣ ਤਾਂ ਚਲੋ ਹਾਲੇ ਥੋੜ੍ਹੀ ਜਿਹੀ ਸੰਗ ਵੀ ਆ, ਮੰਨ ਕੇ ਚਲੋ ਥੋੜ੍ਹਾ ਜਿਹਾ ਨਾ ਨਰਵਸ ਸਿਸਟਮ ਵੀ ਰਹਿੰਦਾ ਵਾ ਵੀ ਯਾਰ ਗੱਲ ਕਰਦੇ ਕਰਦੇ ਨਾ ਥੋੜ੍ਹਾ ਨਰਵਸ ਹੋ ਜਾਣਾ ਵਾ, ਅਤੇ ਬਾਕੀ ਜਿਵੇਂ ਜਿਵੇਂ ਆਪਾਂ ਕਰੀ ਚੱਲਾਂਗੇ ਸ਼ੂਟ ਹੌਲੀ ਹੌਲੀ ਡੇ ਬਾਈ ਡੇ ਨਾ ਬਈ ਆਪਾਂ ਮਤਲਬ ਉਹ ਚੀਜ਼ ਨੂੰ ਆਪਾਂ ਦੂਰ ਕਰ ਦਾਂਗੇ, ਅਤੇ ਫਿਰ ਆਪਾਂ ਖੁੱਲ੍ਹ ਕੇ ਜਿੰਨੇ ਵੀ ਹੈਗੇ ਨੇ, ਕਿਉਂਕਿ ਜਿੱਥੇ ਜਿੱਥੇ ਜਾਣਾ ਬਈ ਕੋਈ ਨਾ ਕੋਈ ਚੀਜ਼ ਹਰ ਸ਼ਹਿਰ ਦੀ ਹੈਗੀ ਹੈਗੀ ਆ ਜਿਹੜੀ ਕਿ ਉੱਥੋਂ ਦੀ ਵਧੀਆ ਵਾ, ਅਤੇ ਫਿਰ ਉਹ ਸਾਰੀ ਕਵਰ ਕਰਿਆ ਕਰਾਂਗੇ। ਨਾਲ ਨਾਲ ਬਾਈ ਆਪਾਂ ਕੰਮ ਕਰਿਆ ਕਰਾਂਗੇ ਜਿਹੜਾ ਆਪਣਾ ਕੰਮ ਆ, ਕਿਉਂਕਿ ਕੰਮ ਹੀ ਆਪਣਾ ਸਭ ਤੋਂ ਫਸਟ ਜਿਹੜੀ ਪ੍ਰਾਇਓਰਟੀ ਆ ਉਹ ਆਪਣੇ ਕੰਮ ਨੂੰ ਆ, ਅਤੇ ਪਹਿਲਾਂ ਕੰਮ ਨਿਬੇੜ ਕੇ ਉੱਥੋਂ ਦਾ ਸਾਰਾ ਕੰਮ ਕਰਕੇ ਬਾਈ ਜੋ ਆਪਣਾ ਜਿਨ੍ਹਾਂ ਨਾਲ ਆਪਣੀ ਮੀਟਿੰਗ ਫਿਕਸ ਆ ਉਹ ਸਾਰਾ ਫਾਈਨਲ ਕਰਕੇ ਫਿਰ ਉਸ ਤੋਂ ਬਾਅਦ ਜਿਹੜਾ ਵੀ ਆਪਣੇ ਕੋਲ ਟਾਈਮ ਹੋਇਆ ਕਰੂਗਾ ਅਤੇ ਆਪਾਂ ਉਹ ਵਲੌਗ ਜਿਹੜਾ ਹੈਗਾ ਉਹ ਸ਼ੂਟ ਕਰਿਆ ਕਰਾਂਗੇ। ਅਤੇ ਯਾਰ ਬਾਈ ਆਪਾਂ ਨਾ 2 ਪਰਫਿਊਮ ਲਿੱਤੇ ਸੀ ਯਾਰ ਬਾਈ, ਉਹ ਜਮਾਂ ਕਿਸੇ ਕੰਮ ਦੇ ਨਹੀਂ ਨਿਕਲੇ ਹੈਗੇ, ਮਤਲਬ ਵਧੀਆ ਕੰਪਨੀ ਦੇ ਸੀ, 700-800 ਦੇ ਲਿੱਤੇ ਸੀ ਦੋਨੋਂ ਪਰਫਿਊਮ ਜਿਹੜੇ ਹੈਗੇ ਸੀ, ਪਰ ਉਹਨਾਂ ਦੀ ਨਾ ਫਰੈਗਨੈਂਸ ਨਹੀਂ ਵਧੀਆ ਹੈਗੀ ਯਾਰ। ਫਰੈਗਨੈਂਸ ਕੀ ਮਤਲਬ ਉਹਨਾਂ ਦੀ ਖੁਸ਼ਬੂ ਆਉਂਦੀ ਨਹੀਂ ਹੈਗੀ ਯਾਰ ਕਾਰ ਦੇ ਵਿੱਚ। ਅਤੇ ਹੁਣ ਆਪਾਂ ਇੱਕ ਹੋਰ ਇਹੋ ਤਾਂ ਲਵਾਂਗੇ ਗੋਦਰੇਜ ਦਾ, ਉਹ ਵਧੀਆ ਵਾ, ਇਹ ਮੈਨੂੰ ਉਹਨੇ ਯਾਰ ਬਾਈ ਨੇ ਆਪਣੇ ਦੇਤੇ, ਕਹਿੰਦਾ ਯਾਰ ਬਾਈ ਵਧੀਆ ਵਾ, ਅਤੇ ਆਪਾਂ ਉਹਦੇ ਪਿੱਛੇ ਲਾ ਕੇ ਯਾਰ ਇਹ ਲੈ ਲਏ ਦੁਕਾਨ ਵਾਲੇ ਦੇ। ਪਰ ਹੁਣ ਆਪਾਂ ਨਾ ਗੋਦਰੇਜ ਦੇ ਲਵਾਂਗੇ, ਅਤੇ ਗੋਦਰੇਜ ਦਾ ਜਿਹੜਾ ਹੈਗਾ ਵਾ ਉਹ ਕਾਰ ਪਰਫਿਊਮ ਬਹੁਤ ਵਧੀਆ ਵਾ। ਬਾਕੀ ਬਾਈ ਆਪਾਂ ਤਕਰੀਬਨ 5-10 ਮਿੰਟ ਤੱਕ ਪਹੁੰਚ ਜਾਂਗੇ, ਅਤੇ ਆਪਾਂ ਹੁਣ ਘੁਮਾਉਣਾ ਆ ਗਏ ਹਾਂ ਟੋਲ ਟੈਕਸ ਦੇ ਕੋਲ। ਇਹ ਟੋਲ ਟੈਕਸ ਵੀ ਸਾਰਾ ਜਿਹੜਾ ਹੈਗਾ ਉਹ ਬੰਦ ਹੋ ਗਿਆ ਵਾ। ਬਾਕੀ ਸਪੋਰਟ ਕਰਦਿਆ ਕਰੋ ਯਾਰ, ਹਾਲੇ ਤਾਂ ਨਾ ਆਪਣੇ ਵਿਊ ਹੀ ਕੁਛ ਨਹੀਂ ਹੈਗੇ, ਮਤਲਬ ਸਬਸਕ੍ਰਾਈਬਰ ਤਾਂ ਬਹੁਤ ਆ ਔਰ ਜਿਹੜੇ ਸਬਸਕ੍ਰਾਈਬਰ ਆ ਉਹ ਵੀ ਸਾਰੇ ਜੈਨੂਨ ਆ ਬਾਈ, 1% ਵੀ ਕੋਈ ਇੱਦਾਂ ਦਾ ਨਹੀਂ ਹੈਗਾ ਕਿ ਆਪਣਾ ਫੇਕ ਜਿਹੜਾ ਇਹਦੇ ਵਿੱਚ ਸਬਸਕ੍ਰਾਈਬ ਹੋਵੇ ਸਬਸਕ੍ਰਾਈਬਰ ਹੋਵੇ, ਕਿਉਂਕਿ ਆਪਣੇ ਨਾ ਜਿਹੜੇ ਸ਼ੋਰਟ ਵੀਡੀਓ ਨੇ ਜਦੋਂ ਤੁਸੀਂ ਜਾ ਕੇ ਉਹਦੇ 'ਚ ਦੇਖੋਗੇ ਨਾ, ਪਾਪੂਲਰ ਦੇ ਵਿੱਚ ਜਾਓਗੇ ਸ਼ੋਰਟ ਪਾਪੂਲਰ ਵੀਡੀਓ ਦੇ ਵਿੱਚ ਸ਼ੋਰਟ 'ਤੇ ਜਾਓਗੇ ਤਾਂ ਬਾਈ ਤੁਸੀਂ ਦੇਖੋ 5-5 ਲੱਖ ਵਿਊ ਜਿਹੜੇ ਹੈਗੇ ਨੇ ਆਪਣੇ ਇੱਕ ਸ਼ੋਰਟ ਵੀਡੀਓ ਨੂੰ ਆਏ ਹੋਏ ਨੇ, ਕਿਸੇ ਨੂੰ 5 ਲੱਖ ਆ, ਕਿਸੇ ਨੂੰ 4 ਲੱਖ ਆ, ਕਿਸੇ ਨੂੰ 3 ਲੱਖ ਆ, ਅਤੇ ਉਹ ਸਾਰੇ ਜਿਹੜੇ ਸਬਸਕ੍ਰਾਈਬਰ ਨੇ ਉਹ ਉਹਨਾਂ ਦੇ ਥਰੂ ਹੀ ਆਏ ਹੋਏ ਨੇ ਚੈਨਲ 'ਤੇ।
ਪਰ ਹੁਣ ਬਾਈ ਉਹ ਨਾ ਕੋਈ ਰਿਐਕਟ ਨਹੀਂ ਕਰਦੇ, ਜਾਂ ਤਾਂ ਫਿਰ ਐਂ ਹੁੰਦਾ ਨਾ ਯਾਰ ਬਾਈ ਆਪਾਂ ਇੱਕ ਤਾਂ ਇਹ ਚੈਨਲ ਦਾ ਦੋ ਤਿੰਨ ਵਾਰੀ ਨਾਮ ਬਦਲਤਾ, ਅਤੇ ਮੈਨੂੰ ਲੱਗਦਾ ਕਈ ਵਾਰੀ ਉਹਦੇ ਕਰਕੇ ਵੀ ਇਹ ਦਿੱਕਤ ਆ ਜਾਂਦੀ ਆ। ਪਰ ਹੁਣ ਆਪਾਂ ਇਹਦੇ 'ਤੇ ਨਾ ਰੈਗੂਲਰ ਵਰਕ ਕਰਿਆ ਕਰਾਂਗੇ, ਰੈਗੂਲਰ ਇਹਦੇ 'ਤੇ ਜਿਹੜਾ ਹੈਗਾ ਵਾ ਉਹ ਆਪਾਂ ਵੀਡੀਓ ਜਿਹੜੀ ਹੈਗੀ ਆ ਉਹ ਅਪਲੋਡ ਕਰਿਆ ਕਰਾਂਗੇ, ਤਾਂ ਜੋ ਡੇ ਬਾਈ ਡੇ ਜਿਹੜੇ ਆਪਣਾ ਇਹ ਚੈਨਲ ਗਰੋ ਹੋਵੇ। ਬਾਕੀ ਬਾਈ ਸਪੋਰਟ ਕਰਿਓ ਆਪਾਂ ਨੂੰ, ਠੀਕ ਆ ਜੀ, ਅਤੇ ਬਣੇ ਰਹੋ ਆਪਣੀ ਵੀਡੀਓ ਦੇ ਨਾਲ। ਅਤੇ ਕੱਲ੍ਹ ਨੂੰ ਆਪਾਂ ਜਾਣਾ ਸਰਹੰਦ ਮੰਡੀ ਗੋਬਿੰਦਗੜ੍ਹ, ਉਹ ਸੰਕੇਤਾਂ ਵਿੱਚ ਵੀ ਆਪਾਂ ਨਾਭੇ ਵੀ ਆਪਾਂ ਨੂੰ ਅੱਜ ਕਾਲ ਆਈ ਸੀ, ਨਾਭੇ ਵੀ ਆਪਾਂ ਇੱਕ ਪਾਰਟੀ ਨੂੰ ਮਿਲ ਕੇ ਆਉਣਾ ਵਾ, ਉਹਨਾਂ ਨਾਲ ਵੀ ਆਪਣਾ ਜਿਹੜਾ ਹੈਗਾ ਕੱਲ੍ਹ ਸ਼ਡਿਊਲ ਫਿਕਸ ਆ। ਅਤੇ ਮਿਲਦੇ ਹਾਂ ਫਿਰ ਬਾਕੀ ਕੱਲ੍ਹ ਦੇ ਵਲੌਗ ਦੇ ਨਾਲ, ਕੱਲ੍ਹ ਗੱਲ।